ਚੰਬਲ ਦੀ ਦਵਾਈ ਬਣਾਵਾਂਗਾ ਜੀ। ਚਾਰ ਬੰਦੇ ਲਿਜਾ ਜਾਵਾਂ ਤੇ ਤੇਰੀ ਮਾਂ ਦੀ ਚੰਬਲ ਹੀ ਠੀਕ ਨਹੀਂ ਹੋਈ। ਦਵਾਈ ਬਣਾਣੀ ਚੰਬਲ ਦੀ, ਚੰਬਲ ਹੈ ਚੰਬਲ ਦੀ ਦਵਾਈ ਬਣਾਣੀ। ਹਾਂਜੀ ਘਰ ਲੈ ਗਈ ਮਾਂ ਨੂੰ ਕਹ ਗੋਡੇ ਤੇ ਲਾ ਲਵੇ। ਓਏ ਸਾਰੇ ਕੰਮ ਪਾਦਾ ਨਿਸ਼ਾ। ਠੀਕ ਹੈ ਬੇਟਾ ਚੱਲ ਨਿਕਲ ਤੂੰ, ਠੀਕ ਹੈ ਚੱਲ ਸਵਾਦ ਅਕੇਲਾ ਹੁੰਦਾ ਚੱਲ ਨਿਕਲ ਤੂੰ। ਚਲੋ ਜੀ ਚੱਲ ਚੱਲ ਸ਼ਾਬਾਸ਼ ਲਓ ਜੀ ਤੁਹਾਨੂੰ ਕੰਮ ਸੰਦਾ ਜੀ। ਓਏ ਯਾਰ ਕੀ ਰੌਣਕ ਲਾਈ ਇੱਥੇ। ਵਾਹ ਵਾਹ ਲਾਈ ਨਹੀਂ ਯਾਰ। ਇਹ ਦੇਖੋ ਜੀ ਮੇਰਾ ਛੋਟਾ ਭਰਾ। ਹਾਂ ਕੌਣ ਹੈ ਤੂੰ ਤਾਰ ਫਿਰ ਆਪਣਾ ਉਹ ਕੌਣ ਹੈ
ਆਇਆ ਅੰਗਰੇਜ਼ ਲੰਡਨ ਤੋਂ ਆਇਆ। ਅੱਛਾ, ਆਉਂਦੇ ਹੀ ਮੇਰੇ ਨਾਲ ਜ਼ਿਆਦਤੀ ਹੋ ਗਈ। ਕਿੰਨੇ ਬੰਦੇ ਸਨ? ਬੰਦੇ ਨਹੀਂ, ਦਿਸ ਇਜ਼ ਦਾ ਮੈਂ ਆਇਆ ਉਥੋਂ ਤਿਆਰੇ ਤੇ। ਅੱਛਾ, ਇੱਥੇ ਲਾਰੀ ਅੱਡੇ ਉਤਰਿਆ। ਲਾਰੀ ਅੱਡੇ ਕਿਹੜਾ ਤਿਆਰਾ ਉਤਰਦਾ? ਵੜਾ ਇਸ਼ਤਿਹਾਰ, ਦਿਸ ਇਜ਼ ਬੜਾ ਇਸ਼ਤਿਹਾਰੇ ਤੋਂ ਉਤਰਿਆ। ਅੱਛਾ, ਚਿੰਚੀ ਰਕਸ਼ੇ ਵਾਲੇ ਨੂੰ ਕਿਹਾ ਗੁਲਬਰਗ ਜਾਣਾ, ਉਹਨੇ ਕਿਹਾ ਪਿੱਛੇ ਬਹਿ ਜਾ। ਅੱਛਾ, ਬਸ ਫਿਰ ਪਿੱਛੇ ਮੈਂ ਇੱਕ ਪੈਰ ਰੱਖਿਆ, ਦੂਸਰਾ ਰੱਖਿਆ, ਮੋਟਰਸਾਈਕਲ ਸਮੇਤ ਰਕਸ਼ਾ ਚੁੱਕਿਆ ਗਿਆ। ਦਿਸ ਇਜ਼ ਦਾ ਕੱਲਾ ਹੀ ਸੜਕ ਤੇ ਪਿਆ ਸੀ। ਤੂੰ ਦੂਸਰੇ ਰਿਕਸ਼ੇ ਤੇ ਆ ਜਾਣਾ ਸੀ। ਦੂਸਰੇ ਰਿਕਸ਼ੇ ਤੇ ਉਹ ਕਿਸ ਤਰ੍ਹਾਂ ਦਾ ਹੁੰਦਾ? ਉਹ ਬਸ ਇਹੋ ਜਿਹਾ ਹੀ ਹੁੰਦਾ ਸੀ, ਉਹਦੀ ਜਿਹੜਾ ਟੈਂਕੀ ਸਾਈਡ ਤੇ ਹੁੰਦੀ ਤੇਰੀ ਸਾਹਮਣੇ ਵੇ। ਇਹ ਟੈਂਕੀ ਕੋਲੋਂ ਫਾਇਦਾ ਚੁੱਕੋ, ਕੀ ਥੱਲੇ ਬਹਿ ਕੇ ਨਹਾਓ, ਦਿਸ ਇਜ਼ ਦਾ ਖੁੱਲਾ ਡੁੱਲਾ ਪਾਣੀ। ਟੈਂਕੀ ਦਾ ਮੈਨੂੰ ਨਹੀਂ ਦੱਸਣਾ, ਕਿਉਂ? ਮੈਂ ਤੁੱਕਾ ਧੁੰਨ ਦੇਣਾ। ਤੂੰ ਨੀ ਤੁੱਕਾ ਧੁੰਨ ਸਕਦਾ, ਕਿਉਂ? ਤੇਰਾ ਆਪਣਾ ਵੀ ਤੁੱਕਾ ਹੀ ਲੱਗਾ। ਦਿਸ ਇਜ਼ ਦਾ ਨਿੱਛ ਮਾਰਨ ਲੱਗਾ ਮੈਂ। ਅੱਛਾ, ਓ ਯੂ ਮੈਨ, ਵਾਟ ਪ੍ਰੋਬਲਮ? ਮੈਂ ਤੈਨੂੰ ਕਨੈਕਸ਼ਨ ਨਹੀਂ ਦੱਸਣਾ, ਤੂੰ ਸਵਿਚ ਆਫ ਕਰ ਦੇਗਾ। ਅੱਛਾ ਜੀ, ਮਾਸ਼ਾਅੱਲਾ ਜੀ, ਕੀ ਬਾਤ ਹੈ ਆਈ ਐਮ ਸਰ? ਇਹ ਕੀ ਸੁਤੇ ਨੇ? ਅੱਛਾ, ਇਹ ਗੌਰ ਨਾਲ ਸੁਣੋ, ਲੁੱਡੋ ਖੇਡਣ ਡੇ ਤੇ ਦਾਣਾ ਕਿੱਥੋਂ ਲਿੱਤਾ? ਦਾ ਗੱਲ ਕੀਤੀ ਮੈਂ ਠੰਡੇ ਠਾਰੇ। ਹੁਣ ਲਾ ਦੇ ਮੇਰਾ ਨਾਂ, ਲਾ ਦੇ ਤੇਰਾ ਨਾਂ। ਕਿੱਥੋਂ ਲਾ ਦੇ? ਲਾਂਦੀ ਆ, ਤੂੰ ਅੰਦਰ ਜਾ ਕੇ ਦਾਣਾ ਛੱਡ ਗਿਆ ਸੀ। ਲਾ ਦੇ ਮੇਰਾ ਨਾਂ, ਲਾ ਦੇ ਮੇਰਾ ਨਾਂ। ਸ਼ਾਮ ਕਾ ਇੱਕ ਪੈਰ ਮੇਰੇ ਨਾਮ ਕਰੋ, ਇੱਕ ਕੰਮ ਕਰੋ। ਵਾਹ ਜੀ ਵਾਹ, ਯੈਸ, ਹੋ ਸਕੇ ਤੋ ਮੇਰਾ ਇੱਕ ਕੰਮ ਕਰੋ, ਯੈਸ, ਹੋ ਸਕੇ ਤੋ ਮੇਰਾ ਇੱਕ ਕੰਮ ਕਰੋ। ਦਿਨ ਹੈ ਨਾਜ਼ੁਕ ਬੜੇ ਆਰਾਮ ਕਰੋ। ਕਿਆ ਕਹੋ, ਕਿਆ ਕਹੋ, ਬੋਲੋ। ਬੈਠੋ ਤਸ਼ਰੀਫ ਰੱਖੋ, ਮੈਂ ਬੁਲਾਉਣਾ, ਮੈਂ ਬੁਲਾਉਣਾ। ਇੱਧਰ ਆ ਜਾ, ਉਹਨਾਂ ਨੇ ਤੇਰੇ ਕਹਿਣ ਤੇ ਨਹੀਂ ਆਣਾ, ਦਿਸ ਇਜ਼ ਦਾ ਮੈਂ ਕਵਾਂਗਾ ਤੇ ਆਏਗੀ। ਅੱਛਾ, ਹਾਂ ਬੰਦ ਕਰ ਦੇ ਕੁੱਤੇ ਦੇ ਪੁੱਤਰਾ।
ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ, ਮੇਰਾ ਮੁਜਰਾ ਵੇਖਣ ਦਿਆ। ਤੇ ਤੁਸੀਂ ਵੀ ਤੇ ਹਜਾ ਕਰੋ। ਕਿਉਂ? ਇਸ ਹਾਲਤ ਚ ਬਾਲਟੀ ਨਹੀਂ ਚੁੱਕੀ ਦੀ, ਤੂੰ ਹੱਥ ਚੁੱਕੀ। ਕਿਹੜੀ ਹਾਲਤ ਚ? ਟਰਾਊਜ਼ਰ ਪਾ ਕੇ? ਹਾਂਜੀ, ਟਰਾਊਜ਼ਰ ਪਾ ਕੇ ਜਾ ਮੈਂ ਬੜੋ। ਮਤਲਬ ਇਹ ਮੇਰੀ ਧੀ ਇੱਕ ਮੂੰਗਫਲੀ ਨੀ ਜਿਹਨੂੰ ਲਿਆਇਆ। ਦਿਸ ਇਜ਼ ਮੇਰੀ ਧੀ। ਆਈ ਐਮ ਅੰਗਰੇਜ਼ ਨਾਟ ਇਟ। ਤੁਸੀਂ ਨਾਮ ਆਪਣਾ ਕੀ ਦੱਸੇ? ਸਟੀਫਨ। ਮੈਂ ਮਾਰਿਆ ਗਿਆ ਜੇ। ਕੀ ਹੋਇਆ? ਸਾਡਾ ਸਾਹਿਬ ਤੇ 에ਅਰਪੋਰਟ ਤੇ ਤੁਹਾਨੂੰ ਲੈਣ ਲਈ ਗਏ ਨੇ। ਓ ਮਾਈ ਗੋਡ। ਓ ਡੌਗ ਮੈਨ। ਮੈਂ ਉਹਨੂੰ ਉੱਥੇ ਲੱਭਦਾ ਰਿਹਾ ਤੇ ਉਹ ਕਿੱਥੇ ਰਹਿ ਗਿਆ? ਮੈਂ ਮੇਰੀ ਸਟੀਫਨ ਪਤਾ ਨਹੀਂ ਕਾ ਚਲਾ ਗਿਆ। ਮੈਂ ਤਾਂ 에ਅਰਪੋਰਟ ਤੇ ਢੂੰਡ ਢੂੰਡ ਕੇ ਪਰੇਸ਼ਾਨ ਹੋ ਗਿਆ ਯਾਰ। ਓ ਪਿਆ ਯਾਰੀਆਂ ਦਾ ਡੰਗੇ। ਓਏ ਤੇਰਾ ਮੈਂ ਅੰਨੀ ਬੱਕਰੀ ਦੇ ਆ ਬੱਚਿਆ ਮੈਂ ਤੇਰਾ। ਆਈ ਐਮ ਨੂੰ ਪਛਾਣੋ? ਸਟੀਫਨ ਹੋਇਆ ਮੇਰਾ ਦੋਸਤ। ਹੱਸਣਾ ਹੱਸਣਾ। ਕਿਉਂ? ਤੂੰ ਸਾਦਾ ਚੰਗਾ ਨਹੀਂ ਲੱਗਦਾ, ਉਹ ਤੋਂ ਕਿਆ 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 ਕਰਨ ਡਿਆ? ਜੱਫੀ ਸੱਤ ਰਬੜੀ ਦੋਸਤ। ਬਹੁਤ ਅੱਛੇ। ਇਹ ਵਿੱਚੋਂ ਕੱਟ ਕੱਟ ਇੱਧਰ ਸੁੱਟੀ ਜਾਂਦਾ। ਵਿੱਚੋਂ ਕਿੱਥੇ? ਇੱਧਰ ਕੋਈ ਚੀਜ਼ ਪਈ? ਓ ਮਾਈ ਗੋਡ ਮਾਈ ਦੋਸਤ ਬਰੂਸ ਲੀ ਦਾ ਸਾਲਾ। ਮੀਟ ਮਾਈ ਧੀ। ਹੈਲੋ ਅੰਕਲ। ਹੈਲੋ। ਇਹ ਮੇਰੀ ਧੀ ਹੈ। ਅੱਛਾ। ਇਹਦਾ ਉਹ ਹਿਸਾਬ ਹੈ ਕਿ ਨਾਤੀ ਧੋਤੀ ਰਹਿ ਗਈ। ਅੱਛਾ। ਤੇ ਅਗਲਾ ਆਇਆ ਹੀ ਪ੍ਰੋਬਲਮ। ਤੇ ਤੇਰਾ ਵੀ ਉਹ ਹਿਸਾਬ ਹੈ ਕੀ ਕਰਨੀਆਂ ਗੱਲਾਂ ਖਾਣੇ ਖੀਰੇ। ਤੇ ਤੇਰਾ ਵੀ ਉਹ ਹਿਸਾਬ ਹੈ ਕੀ ਨਾਲੇ ਘਰ ਛੱਡਣ ਜਾਓ। ਇਹ ਬਗੈਰ ਇਹ ਅੰਗਰੇਜ਼ ਕੋਈ ਨਹੀਂ, ਇਹ ਖੁਰੜਿਆਂ ਵਾਲੇ ਤੋਂ ਆਇਆ। ਨੋ ਖੁਰੜਿਆਂ ਵਾਲਾ, ਆਈ ਐਮ ਵੀ ਇਥੋਂ ਦਾ ਹੀ, ਪ੍ਰੋਪਰ ਲਾਹੌਰ ਦਾ। ਕਿਵੇਂ? ਦਿਸ ਇਜ਼ ਵਾਲਦਾ ਕੱਚੇ ਸਾਂਦੇ ਦੀ, ਅੱਬਾ ਜੀ ਛਰੇ ਦੇ, ਠਾ ਮਲਾਪ ਹੋਇਆ ਠਾ ਹੀ ਪੈਦਾ ਹੋਇਆ। ਅੰਡਰਸਟੈਂਡਿੰਗ ਮੀਟ ਮਾਈ ਥੀ। ਹੈਲੋ ਅੰਕਲ। ਇਹ ਪਹਿਲੇ ਪਰੀ ਸੀ। ਅੱਛਾ। ਇਹਦੇ ਕੋ ਪਰ ਪੁੱਟ ਕੇ ਲੈ ਗਿਆ, ਹੁਣ ਇਹਦੇ ਕੋ ਉੱਡਿਆ ਨਹੀਂ ਜਾਂਦਾ, ਇੱਥੇ ਫਿਰਦੀ ਰਹਿੰਦੀ। ਮੀਟ ਪ੍ਰੋਗਰਾਮ ਜ਼ਿਆਦਾ ਜਨਾਬ। ਗੁਰਦਾ ਵੇਚੀ ਤੇਰਾ ਗੁਰਦਾ ਨੀ ਗੁਰਦੀ, ਗੁਰਦਾ ਇੱਧਰ ਕੱਢ ਕੇ ਦੇਖੋ, ਹਸਪਤਾਲ ਚ ਥਾਂ ਹੀ ਨਾ ਰਵੇ ਰੱਖਣ। ਮੈਂ ਕਿਹਾ ਜਨਾਬ ਮੈਂ ਤੁਮਸੇ ਪਿਆਰ ਕਰਤੀ ਹੂੰ, ਇਹ ਵੀ ਅੰਗਰੇਜ਼ੀ ਕੀ? I love you. Haaye haaye. Oh ya ti teri mainu bahut sab changi lagi. Acha changi. Ha te tu mainu bada changa laga. Nahi. Ek chummi de de. Oye roge. Ek chummi de de. Paan khada paan khada tere waste. Ek chummi de de Allah waste. Oye tu chummi de de tera ki jana. Oh mera muh tere muh ch chala jana. Oye dram. Ha ji. Dekho khana taiyar hai. Taiyar hai ji, bas kachha hi paun wala. ਚਲੋ ਖਾਣੇ ਨੂੰ ਕੱਛਾ ਪਾਉਣਾ ਤੇ ਮੈਂ ਤੇ ਭੁੱਖਾ ਰਹਿ ਗਿਆ। ਕਿਉਂ? ਏਡਾ ਕੱਛਾ ਹੀ ਨਹੀਂ ਲੱਭਣਾ। ਓ ਸਾਹਿਬ ਜੀ ਮੈਂ ਇੱਥੇ ਖਾਣਾ ਪਕਾਵਾਂ ਕਿ ਸੱਪ ਲੱਭਾਂ? ਓ ਸਾਹਿਬ ਸਾਹਿਬ ਸਾਹਿਬ, ਇੱਕ ਤਾਂ ਸਾਹਿਬ ਨੇ ਇਸ ਘਰ ਮੇਂ ਖੌਫੇ ਰਾਸ ਫੈਲਾ ਰੱਖਿਆ। ਓ ਇੱਕ ਬਾਤ ਸੁਣੋ। ਹਾਂਜੀ। ਓ ਇਤਨੇ ਦਿਨ ਹੋ ਗਏ ਅਭੀ ਤੱਕ ਤੁਮਸੇ ਇੱਕ ਸਾਹਿਬ ਨਹੀਂ ਪਕੜਾ ਗਿਆ? ਰਾਤੀ ਮੈਂ ਲੱਗਾ ਫੜਨ। ਅੱਛਾ। ਆ ਫਿਰ ਮੈਂ ਕਿਹਾ ਦਫਾ ਕਰਾ, ਜੇ ਗੈਰਤ ਵਾਲਾ ਹੋਏਗਾ ਤੇ ਆਪੇ ਹੀ ਨਿਕਲ ਜਾਏਗਾ। ਕਿਆ? ਇਸ ਘਰ ਮੇਂ ਸਾਹਿਬ ਹੈ? ਤੇ ਤੈਨੂੰ ਕੀ ਲੱਗੇ, ਤੂੰ ਤੇ ਅੰਗਰੇਜ਼ ਨਹੀਂ। ਹਾਂ ਪਿਛਲੇ ਸਾਲ ਫੜਿਆ ਸੀ। ਦਿਸ ਇਜ਼ ਦਾ ਸਾਨੂੰ ਬਿਲਕੁਲ ਨੀ ਡਰ ਲੱਗਦਾ, ਕਿਉਂਕਿ ਆਈ ਐਮ ਖੁਦ ਅਜ਼ਦ ਹੈਂ। ਇਹਨੂੰ ਰੋਕ ਯਾਰ, ਇੱਕ ਸਾਪੇ ਬਾਰ ਬਾਰ ਸਵਾਦ ਲੈਣ ਦੇ।
ਸੱਪ ਦਾ ਕਾਹਦਾ ਸਵਾਦ ਲੈਣ ਦੀ, ਸੱਪ ਚ ਕਿਸੇ ਨੇ ਅਦਰਕ ਪਾਇਆ? ਹੁਕਮ ਯਾਰ, ਜਾ ਉਸ ਰੇਸ਼ਮ ਕੋ ਬੁਲਾ ਜਾ। ਅੱਛਾ ਜੀ, ਰੇਸ਼ਮ, ਓ ਰੇਸ਼ਮ। ਹਾਂ ਜੀ। ਬਾਹਰ ਆ, ਤੇਰਾ ਮਜਾਜੀ ਯਾਰ ਬੁਲਾਉਂਦੇ ਆ। ਰੇਸ਼ਮ ਜੀ, ਉਹਦੇ ਸਾਹਿਬ ਦੀ ਗੱਲ ਸੁਣੋ। ਜੀ ਸਾਹਿਬ ਜੀ। ਓ ਮਾਈ ਗੋਡ, ਇਹ ਮੇਰੇ ਨਾਪ ਦਾ ਸੌਦਾ ਅੰਦਰ ਲੁਕਾਇਆ? ਨੇੜੇ ਹੋ ਜਾ, ਰਾਜਾ ਤੇਰੇ ਮੇਰੇ ਲਈ ਗਾਣਾ ਵੀ ਇੱਕ ਬਣਿਆ। ਕਿਹੜਾ? ਵੇ ਸੋਨੇ ਦਿਆ ਕੰਗੜਾ ਸੌਦਾ ਇੱਕੋ ਜਿਹਾ, ਤੇ ਸਿੱਧਾ ਸੌਦਾ ਇੱਕੋ ਜਿਹਾ, ਸੌਦਾ ਮੁੱਕਾ ਪਿਆ। ਯੂ ਨਾਟ ਅ ਟਾਈਮ, ਇਹ ਕੌਣ? ਇਹ ਮੇਰੀ ਬਾਟੀ ਏ। ਨੋ ਬਾਟੀ। ਕਿਉਂ ਬਾਟੀ ਮੇਰੀ? ਇਹ ਤੈਨੂੰ ਬਹੁਤੀ ਨਹੀਂ? ਮੈਨੂੰ ਕੀ ਪਤਾ, ਮੈਨੂੰ ਤੇ ਬੇਹੋਸ਼ ਕਰ ਲੈਂਦੀ। ਬੇਹੋਸ਼ ਕਰ ਲੈਂਦੀ ਨਹੀਂ, ਇਹਨੂੰ ਮੈਂ ਪਛਾਣ ਲਿਆ। ਯੈਸ, ਇਹ ਹਿੰਦੀ ਫਿਲਮਾਂ 'ਚ ਕੰਮ ਕਰਦੀ। ਇਹ ਅਦਾਲਤ 'ਚ ਆ ਕੇ ਕਹਿੰਦੀ, ਆਰਡਰ ਆਰਡਰ ਆਰਡਰ, ਜੱਜ ਸਾਹਿਬ ਯਹੀ ਵੋ ਆਤੰਕਵਾਦੀ ਹੈ ਜਿਸਨੇ ਮੇਰਾ ਬਲਾਤਕਾਰ ਕੀਆ ਥਾ। ਯੇ ਕਿਆ ਬਕ ਰਹੇ ਹੋ, ਯੇ ਕਿਆ ਬਕ ਰਹੇ ਹੋ, ਯੇ ਮਤ ਭੂਲੋ ਰਾਹੁਲ ਕਿ ਤੁਮਹਾਰੀ ਰਗੋ ਮੇ ਮੇਰਾ ਖੂਨ ਦੌੜ ਰਹਾ। ਯੇ ਬਕ ਰਹੇ ਹੋ, ਦੌੜ ਰਹਾ ਹੈ, ਵੋ ਤੋ ਆਰਾਮ ਸੇ ਬੈਠਾ ਹੈ। ਔਰ ਲਾਂਤੀ ਇਨਸਾਨ, ਆਈ ਐਮ ਨੋ ਰਾਹੁਲ, ਆਈ ਐਮ ਕਾਲੀ ਮਾਤਾ ਦਾ ਵੱਡਾ ਮੁੰਡਾ, ਇਧਰ ਆ ਪੂਜਾ ਕਰ ਜਾ। ਪਰੇ ਤੂੰ ਵੀ ਤਾਂ ਕੁਛ ਬੋਲ, ਤੂੰ ਵੀ ਤਾਂ ਕੁਛ ਬੋਲ, ਰਾਮੂ ਕਾਕਾ ਕੀ ਨਾਜਾਇਜ਼ ਔਲਾਦ। ਰਾਧਾ ਰਾਧਾ, ਤੁਮਹਾਰੀ ਆਸੋਂ ਮੇ ਆਂਖੂ, ਦਫਾ ਹੋ ਜਾ, ਆਂਖੋਂ ਮੇ ਆਸੂ, ਇਹ ਨਾਟੇ ਰਾਧਾ, ਦਿਸ ਇਜ਼ ਅਦਰ ਰਾਧਾ, ਰਾਧਾ ਜੋ ਕਮਾਓਗੀ ਆਧਾ ਆਧਾ। ਅਸਲ ਚ ਮਾਈ ਫਰੈਂਡ, ਮੈਂ ਆਪਣੇ ਆਪ ਨੂੰ ਜ਼ਰਾ ਵਧਾਉਣਾ ਚਾਹੁੰਦਾ। ਉਹ ਤੇਰੀ ਤੇ ਮੌਤ ਪਟਾਕੇ ਨਾਲ ਹੋਣੀ। ਕੀ ਸ਼ਬਰਾਤ ਨੂੰ ਮਰਨਾ ਮੈਂ? ਉਹ ਤੇਰੇ ਛਿਛੜੇ ਕੰਧਾਂ ਚ ਵਜਣੇ ਓ। ਵਾਈ ਯੂ ਟਾਕਿੰਗ ਅਬਾਊਟ ਜੈਂਟਲਮੈਨ? ਅਸਲ ਚ ਮੈਂ ਇਹ ਚਾਹਨਾ ਕਿ ਮੈਂ ਆਪਣੇ ਬਿਜ਼ਨਸ ਨੂੰ ਵਧਾਉਣ ਤੋਂ ਪਹਿਲੇ ਬਾਬਾ ਬੁੱਲੇ ਸ਼ਾਹ ਸਰਕਾਰ ਹਾਜ਼ਰੀ ਦੇ। ਓ ਯਾਰ, ਤੂੰ ਕਿਸ ਕਿਸਮ ਦਾ ਅੰਗਰੇਜ਼ ਹੈ? ਉਹ ਤੈਨੂੰ ਬਾਬੇ ਬੁੱਲੇ ਸ਼ਾਹ ਦਾ ਵੀ ਪਤਾ? ਤੈਨੂੰ ਮਾਰ ਵਗ ਜਾਣੀ। ਬਾਬਾ ਬੁੱਲੇ ਸ਼ਾਹ ਸਰਕਾਰ ਬੜੀ ਵੱਡੀ ਹਸਤੀ, ਕੰਜਰੀ ਬਣਿਆ, ਮੇਰੀ ਇੱਜ਼ਤ ਨਾ ਘਟਦੀ, ਮੈਨੂੰ ਨੱਚ ਕੇ ਯਾਰ ਮਨਾਵਣ ਦੇ। ਬਾਬਾ ਬੁੱਲੇ ਸ਼ਾਹ ਸਰਕਾਰ ਫਰਮਾਉਂਦੇ ਨੇ ਕਿ ਰਾਤੀ ਜਾਗੇ ਸ਼ੇਖ ਸਦਾਵੇਂ, ਰਾਤੀ ਜਾਗਣ ਕੁੱਤੇ ਟੈਂਥੀ ਉੱਤੇ, ਭੌਂਕਦੇ ਭੌਂਕਦੇ ਬਸ ਨਾ ਕਰਦੇ, ਦਿਨੇ ਜਾ ਰੜਾਂ ਵਿੱਚ ਸੁੱਤੇ ਟੈਂਥੀ ਉੱਤੇ, ਦਰ ਮਾਲਕ ਦਾ ਮੂਲ ਨਾ ਛੱਡਦੇ, ਭਾਵੇਂ ਸੌ ਸੌ ਮਾਰਨ ਜੁੱਤੇ ਟੈਂਥੀ ਉੱਤੇ, ਉੱਠ ਬੁੱਲਿਆ ਯਾਰ ਮਨਾ ਲੈ, ਨਹੀਂ ਤੇ ਬਾਜ਼ੀ ਲੈ ਗਏ ਕੁੱਤੇ ਟੈਂਥੀ ਉੱਤੇ। ਤੈਨੂੰ ਕੀ ਪਤਾ ਬੇਵਕੂਫਾ, ਇਹ ਸਾਡੀ ਧਰਤੀ, ਇਹ ਦਰਵੇਸ਼ਾਂ ਦੀ ਧਰਤੀ, ਔਲੀਆ ਇਕਰਾਮ ਦੀ ਧਰਤੀ, ਤੈਨੂੰ ਕੀ ਪਤਾ? ਤੂੰ ਤੇ ਜਪਾਨੀ ਫਿਲਮਾਂ ਦਾ ਫਾਈਟਰ ਹੈ। ਨਾਟ ਅ ਟਾਈਮ। ਯਾਰ ਮੇਰੀ ਗੱਲ ਸੁਣ। ਯੈਸ। ਤੂੰ ਨਹਾ ਧੋ ਕੇ ਫਰੈਸ਼ ਹੋ ਜਾ, ਠੀਕ ਹੈ? ਮੈਂ ਨਹਾਉਣ ਆ ਤਾਂ ਮੈਂ ਤੈਨੂੰ ਲੈ ਜਾਣਾ ਸਵਾ ਵਾਸਤੇ। ਇੱਥੇ ਕੋਈ ਨੇੜੇ ਤੇੜੇ ਛੱਪੜ ਹੈ? ਹਾਂ। ਗੱਲ ਨਹੀਂ ਸਮਝੇ ਤੁਸੀਂ? ਕੀ ਮਤਲਬ? ਓਏ, ਥਿਸ ਇਜ਼ ਪਾਕਿਸਤਾਨ ਦੇ ਸਮਾਲ ਗੁਸਲਖਾਨੇ, ਯਾਨੀ ਛੋਟੇ। ਅੱਛਾ। ਮੈਂ ਇੱਕ ਦਫਾ ਇੱਥੇ ਨਹਾ ਰਿਹਾ ਸੀ। ਹਾਂ। ਏਡਾ ਛੋਟਾ ਗੁਸਲਖਾਨਾ, ਮੈਂ ਤਿਲਕ ਵੀ ਪਿਆ ਤੇ ਖਲੋਤਾ ਹੀ ਰਿਹਾ। ਬੰਦਾ ਡਿੱਗਦਾ, ਕੋਈ ਗੋਡਾ ਗਾਡਾ ਟੁੱਟਦਾ, ਕੁਛ ਵੀ ਨਹੀਂ ਹੋਇਆ। ਓਕੇ ਓਕੇ, ਯੂ ਟੇਕ ਰੈਸਟ, ਮੈਂ ਤੁਹਾਡੇ ਲਈ ਖਾਣੇ ਦਾ ਬੰਦੋਬਸਤ। ਓਕੇ। ਅਸਲ 'ਚ ਇਹਦੇ ਕੋਲ ਇੱਕ ਮੂਰਤੀ। ਅੱਛਾ। ਉਹ ਮੈਂ ਲੈਣ ਲਈ ਆਇਆ। ਅੱਛਾ। ਉਹ ਜਿਸਨੇ ਮੈਨੂੰ ਮਿਲ ਗਈ, ਉਹ ਕਰੋੜਾਂ ਪਾਉਂਡ ਦੀ ਵਿਕਣੀ ਹੈ, ਮੈਂ ਉਹਨੂੰ ਲੰਦਨ ਲੈ ਜਾਣਾ। ਅੱਛਾ ਜੀ। ਓਕੇ, ਕਿਉਂਕਿ ਮੈਂ ਇਸੇ ਤਲਾਸ਼ 'ਚ ਆਇਆ, ਮੇਰੀ ਵਾਰੀ ਆਵੇ। ਮੈਂ ਇਹ ਹੋਈ ਉਹ ਮੂਰਤੀ। ਅੱਛਾ। ਜਿਹਦੀ ਮੈਂ ਤਲਾਸ਼ 'ਚ ਆ। ਚੁੱਕ ਫਿਰ ਤੇਰੀ ਹੈ। ਯੈਸ, ਇਹ ਮੂਰਤੀ ਮੇਰੀ। ਮਰੇ ਦੱਸ ਕੇ ਬੋਲ, ਕਿਸੇ ਬੰਦੇ ਚ ਮੇਦਾ ਨਹੀਂ ਹੁੰਦਾ ਯਾਰ। ਆਪਣਾ ਉਹ ਕੁੜੀ
ਕਿੱਥੇ ਜਿਹੜੀ ਜੋਗੀ ਦੇ ਪਿੱਛੇ ਆਉਂਦੀ ਪਤਾ ਨਹੀਂ ਮੈਂ ਵੀ ਉਹਦੇ ਨਾਲ ਹੀ ਫਿਰਨ ਦੇ ਆ ਉਹਨੂੰ ਬੁਲਾ ਆ ਜੋਗੀ ਬੜਾ ਚਵਲ ਹੈ ਯਾਰ ਕੀ ਕੀਤਾ ਸੁ ਉਹ ਮੇਰੀ ਵੋਟੀ ਨੂੰ ਉਹਨੇ ਆਪਣੇ ਧਾਨੇ ਲਾ ਲਿਆ ਅੱਛਾ ਤੇਰੀ ਵੋਟੀ ਆ ਜਾਏਗੀ ਤੂੰ ਕੀ ਕਰਨ ਲਿਆ ਸੀ ਉਹਦਾ ਤੁਮਨੇ ਬੁਲਾਇਆ ਹਮ ਚਲੇ ਆਏ ਹਾਏ ਹਾਏ ਹੈਲੋ ਜੀ ਬੀਨ ਨੂੰ ਅੰਦਰ ਹੀ ਕਬਜ਼ ਹੋਈ ਹੈ ਉਹ ਤੈਨੂੰ ਲਵੇ ਮੌਲਾ ਓਏ ਉਹ ਕੱਚੀ ਮਿੱਟੀ ਦੇ ਲੱਡੂ ਖਾਣ ਵਾਲਿਆ ਲੱਗਦਾ ਉਹ ਪਰ ਅੰਦਰ ਹੀ ਵਜਾਈ ਆਉਣ ਅੰਦਰ ਹੀ ਵਜਾਈ ਆਉਣ ਨੇ ਬੀਨ ਚਲੋ ਉਹਨਾਂ ਕੋਈ ਕੋਈ ਸ਼ਾਇ ਵਜਾਣ ਦੀ ਜਾਣ ਦਿਓ ਨੇ ਚਲੋ ਜੀ ਮੈਂ ਗਿਆ ਦੇਖਿਆ ਜੋਗਨੇ ਆ ਗਈ ਹੈ ਆ ਗਈ ਹੈ ਜੋਗਨੇ ਦੇਖਿਆ ਇਧਰੋਂ ਬੀਨ ਵੱਜੀ ਉਧਰੋਂ ਜੋਗਨ ਮੇਰੀ ਆ ਗਈ ਜੋਗਨੇ ਤੇਰੀ ਬੀਨ ਬਾਅਦ ਚੋਂ ਵੱਜੀ ਹੈ ਤੂੰ ਤਿਆਰ ਪਰਾਂ ਕੀਤਾ ਸੀ ਮੈਂ ਪਿੱਛੇ ਬਹਿ ਕੇ ਵਜਾਣ ਦਿਆ ਸਾਂ ਤੈਨੂੰ ਤੇ ਪਤਾ ਹੀ ਨਹੀਂ ਲੱਗਦਾ ਜੋਗੀ ਨੇ ਪਰਸੋਂ ਸ਼ਰਲੇ ਖਾ ਲਏ ਅੱਛਾ ਮੈਂ ਪਰਸੋਂ ਖਾਦੇ ਸ਼ਰਲੇ ਮੈਂ ਡਾਕਟਰ ਕੋ ਲੈ ਗਿਆ ਮੈਂ ਕਿਹਾ ਕੋ ਪਰੇਜ ਕਹਿੰਦਾ ਬਾਈ ਦੇ ਪਿੱਛੇ ਕੋਈ ਨਾ ਪਵੇ ਇਹ ਉਹਨੇ ਸ਼ਰਤ ਹੈ ਇਹ ਉਹਨੇ ਸ਼ਰਤ ਰੱਖੀ ਚਲੋ ਅੱਲਾ ਦੀ ਸਪੁਰਦ ਚਲੋ ਜੋਗੀ ਜੀ ਜੀ ਆਖਾਂ ਜੀ ਇਹ ਤੁਸੀਂ ਰੇਗਿਸਤਾਨ ਤੇ ਜਾ ਕੇ ਸਭ ਫੜਦੇ ਹੋ ਜੀ ਹਾਂ ਉੱਡ ਕੇ ਡੰਗ ਮਾਰਦੇ ਨਾ ਗਿੱਟੇ ਦੇ ਉੱਤੇ ਅੱਛਾ ਬਚਾ ਕੀਤਾ ਹੈ ਤੇ ਜੀਨ ਵੀ ਪਾਈ ਹੋਈ ਹੈ ਜੀਨ ਪਾਈ ਇਸ ਵਾਸਤੇ ਕਿ ਬਸ ਜੀਨ ਚੁਨੀਆਂ ਦੇ ਰਹੀ ਹੋਏ ਦੀ ਅਸੀਂ ਹਾਂ ਜੀ ਮੈਂ ਆ ਗਿਆ ਤੁਸੀਂ ਉਹ ਜਿਹੜਾ ਡਾਂਸ ਮੁਕੰਮਲ ਕੀਤਾ ਤੁਸੀਂ ਕਿ ਨਹੀਂ ਕਿਹੜਾ ਡਾਂਸ ਉਹ ਜਿਹੜਾ ਨੱਚਿਆ ਕੀ ਹੈ ਕਹਿੰਦੇ ਨੇ ਆਪਣਾ ਡਾਂਸ ਹੈਗਾ ਸੀ ਇੱਕ ਆਜ਼ਾਦੀ ਸ਼ਾਇਰੀ ਵਾਲਾ ਆਜ਼ਾਦੀ ਸ਼ਾਇਰੀ ਵਾਲਾ ਹਾਂ ਜੀ ਉਹ ਤਾਂ ਕੋ ਸ਼ੇਰ ਸ਼ੂਰ ਨਹੀਂ ਆਉਂਦੇ ਸ਼ੇਰ ਬੜੇ ਆਉਂਦੇ ਨੇ ਸਲਾਮ ਹੁੰਦੇ ਆ ਸ਼ੇਰ ਆ ਮੁੰਡਾ ਜਿਹੜਾ ਇਹ ਤੇ ਨੱਕ ਨਾਲ ਲਿਖਦਾ ਫੀਨਾ ਹੋ ਗਿਆ ਲਿਖ ਲਿਖ ਕੇ ਨਹੀਂ ਸ਼ੇਰ ਕਿਹੜੇ ਆਉਂਦੇ ਨੇ ਮੈਨੂੰ ਉਹ ਸੁਣਾ ਜਿਹੜਾ ਸ਼ੇਰ ਕਿਹੜਾ ਉਹ ਜਿਹੜਾ ਮੈਨੂੰ ਸੁਣਾਇਆ ਸੀ ਉਹ ਤੁਸੀਂ ਗੱਲ ਨਹੀਂ ਮੰਨੀ ਉਹ ਸ਼ੇਰ ਦੇ ਵਿੱਚ ਕੀ ਸੀ ਗੱਲ ਸੁਣਾ ਯਾਰ ਸ਼ੇਰ ਜਿਹੜਾ ਨਾ ਉਹ ਮੈਨੂੰ ਹਲੇ ਯਾਦ ਨਹੀਂ ਆ ਰਿਹਾ ਸ਼ੇਰ ਕਿਹੜਾ ਵਾਲਾ ਕਿਹੜਾ ਦੱਸ ਯਾਰ ਚਲੋ ਸੁਣੋ ਸੁਣਾ ਅਰਜ਼ ਕੀਤਾ ਆਹਾ ਦਿਲ ਸੜਦਾ ਏ ਤੇ ਸੜੇ ਵਾਹ ਵਾਹ ਬੋਲੇ ਕੋਹੜੇ ਕਾਰ ਕੋ ਵੜਦਾ ਤੇ ਵੜੇ ਓਏ ਹਾਂ ਤੈਨੂੰ ਕੀ ਇਤਰਾਜ਼ ਸ਼ੇਰ ਤੇ ਮੁਕੰਮਲ ਹੁੰਦੇ ਨਾ ਤੇਰਾ ਬਿਜ਼ਨਸ ਵਧਣ ਦਿਆ ਦਿਲ ਸੜਦਾ ਏ ਤੇ ਸੜੇ ਬਹੁਤ ਅੱਛਾ ਸਵਾਰੀ ਆਪਣੇ ਸਮਾਨ ਦੀ ਖੁਦ ਹਿਫਾਜ਼ਤ ਕਰੇ ਵਸੀਮ ਅਕਰਮ ਸਾਹਿਬ ਫਰਮਾਉਂਦੇ ਨੇ ਆਪਣੀ ਕਿਤਾਬ ਜੂਏ ਕੇ ਅਸੂਲ ਚ ਨਾ ਕੋਈ ਆਵੇ ਨਾ ਕੋਈ ਜਾਵੇ ਨਾ ਕੋਈ ਆਵੇ ਨਾ ਕੋਈ ਜਾਵੇ ਫਜੇ ਤੇ ਪਾਵੇ ਫਜੇ ਤੇ ਪਾਵੇ ਛਿਛੜਿਆਂ ਦੇ ਕੋਫਤੇ ਬਣਾਉਣ ਵਾਲੇ ਹੱਥ ਆਜ਼ਾਦ ਬੇਵਕੂਫਾ ਤੂੰ ਹਾਲੀ ਛਿਛੜੇ ਦਾ ਕੋਫਤਾ ਖਾਦਾ ਨਹੀਂ ਜਿਸ ਦਿਨ ਤੂੰ ਖਾ ਲਿੱਤਾ ਤੂੰ ਹਾਂਡੀ ਚਟੇਗਾ ਠੀਕ ਹੈ ਹਾਂਜੀ ਲਓ ਜੀ ਜਰਾ ਸਾਨੂੰ ਉਹ ਜਿਹੜਾ ਕਰਕੇ ਦਿਖਾਓ ਉਹ ਜਿਹੜਾ ਸਿੱਖਿਆ ਤੁਸੀਂ ਡਾਂਸ ਜਿਹੜਾ ਕਿਹੜਾ ਇਹ ਨਵਾਂ ਗਾਣਾ ਜਿਹੜਾ ਤਿਆਰ ਕੀਤਾ ਜੇ ਬੀਨ ਦੇ ਉੱਤੇ ਜਿਹੜਾ ਗਾਣਾ ਤੁਸੀਂ ਬੀਨ ਵਜਾਓਗੇ ਮੈਂ ਇਸ ਕਿਸਮ ਦੀ ਬੀਨ ਵਜਾਵਾਂਗਾ ਕਿ ਬਾਅਦ ਚ ਪਤਾ ਲੱਗੇਗਾ ਜੋਗੀ ਕੀ ਕਰ ਗਿਆ ਹਾਂਜੀ ਇਹਦੇ ਕੋਲ ਬੀਨ ਨਾਮ ਹੀ ਹੋਵੇ ਤੇ ਆਵਾਜ਼ ਕੱਢ ਲੈਂਦਾ ਸੁੱਤੇ ਪਏ ਬਾਲ ਦੀ ਬੀਨ ਵਜਾਣੀ ਨਾ ਧੀ ਦੇ ਕੰਮ ਨਾ ਪੁੱਤਰ ਦੇ ਕੰਮ ਜੀ ਇਸੇ ਤਰ੍ਹਾਂ ਹੀ ਹੈ ਜੀ ਹਾਂਜੀ ਚਲੋ ਜੀ ਓਏ ਕਿੱਥੇ ਮੈਂ ਕਾਕਾ ਜਿਹੜਾ ਸੁੱਟ ਮਿਊਜ਼ਿਕ ਲੋਕ ਨੇ ਕਮਾਲ ਕੰਮ ਦਿਖਾਇਆ ਹੀ ਅੱਛਾ ਬੱਚੇ ਯਾਦ ਕਰਾਤੇ ਨਹੀਂ ਕੀ ਮਤਲਬ ਹੈ ਮਤਲਬ ਹੈ ਹੁਣ ਸਾਨੂੰ ਕੀ ਅਸੀਂ ਕੀ ਕਰਾਂਗੇ ਭਈ ਸਾਡਾ ਦੌਰਾ ਤੇ ਕਾਮਯਾਬ ਹੋ ਗਿਆ ਮਾਸ਼ਾਅੱਲਾ ਇਹ ਹੀ ਬੜਾ ਸਾਡੇ ਲਈ ਠੀਕ ਹੈ ਰੱਖਦਾ ਜੋਗਨ ਦੀ ਇੱਕ ਚੀਜ਼ ਰੱਖ ਜੋਗਨ ਤੈਨੂੰ ਇੱਕ ਚੀਜ਼ ਦੇ ਦੇਵਾਂਗੇ ਅੱਛਾ ਉਹਨੂੰ ਰੱਖਣੀ ਹੈ ਇਨਸ਼ਾਅੱਲਾ 17 ਪੁੱਤਰਾਂ ਦਾ ਮੂੰਹ ਧੋਵੇਗੀ ਅੱਲਾ ਜੋਗੀ ਜੀ ਜੋਗੀ ਬਣੋ ਹਾਂ ਮੈਂ ਆ ਗਿਆ ਜੀ 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 ਮੈਂ ਵਿਆਹ ਲਓ ਫਿਰ ਨਾ ਹੀ ਸਮਝਿਆ ਤੇਰੀ ਇਹਦੇ ਲੋ ਨਾ ਹੀ ਇਹਦੇ ਲੋ ਨਾ ਹੀ ਜੋਗੀ ਦੀ ਭੈਣ ਨੂੰ ਹਾਂ ਸਮਝ ਮੇਰੀ ਭੈਣ ਨੂੰ ਲੱਗੀ ਬਕਵਾਸ ਕਰਨ ਆ ਜੋਗੀ ਦੀ ਭੈਣ ਪੁਣਨ ਦੇ ਇਹਦਾ ਕੀ ਕਰਨਾ ਜੇ ਇਹਦਾ ਕੁਛ ਨਹੀਂ ਜੀ ਇਹਦੀ ਬੀਨ ਵਜਾਣੀ ਇਹਦੇ ਉੱਤੇ ਆ ਲਾ ਦੇ ਕਟਵਾ ਕੇ ਲਾ ਦੇਣੀ ਹਾਂਜੀ ਇਹ ਜਰਾ ਵੱਡੀ ਕਰਨੀ ਹੈ ਕਿਉਂਕਿ ਸੱਪ ਵੱਧਦੇ ਜਾਂਦੇ ਨੇ ਹੈਰਾਨ ਹੋਇਆ ਹੋਵੇ ਹਾਂ ਅੱਲਾ ਇਹਨੂੰ ਖੁਸ਼ੀ ਵਿਖਾਉਣ ਵਾਲਾ ਉਹ ਤੇਰਾ ਕਹ ਖੁਸ਼ੀ ਮੁਹੰਮਦ ਆਏਗਾ ਤੇ ਫਿਰ ਗੱਲ ਕਰਾਂਗੇ ਤੇਰੇ ਚੋਂ ਖੁਸ਼ੀ ਵਿਖਾਉਣ ਵਾਲਾ ਨਹੀਂ ਜੀ ਖੁਸ਼ੀ ਨੇ ਹੋਣਾ ਮੇਰੇ ਚੋਂ ਕੀ ਗੈਸ ਹੁੰਦਾ ਹੈ ਦਾ ਖੁਸ਼ੀ ਜੀ ਉਹਨੇ ਆਉਣਾ ਤੇ ਉਹਨੂੰ ਵਿਖਾਏਗਾ ਅੱਛਾ ਤੇ ਕਿਤੇ ਹੋਰ ਨੇ ਵੀ ਆਣਾ ਹਾਂ ਜੀ ਕਿੰਨੇ ਆਣਾ ਜਿੰਨੇ ਵੀ ਆਣਾ ਮੌਜ ਲੈ ਕੇ ਆ ਜਾ ਓ ਬਲਾ ਨੂੰ ਮੁੰਡੇ ਨੂੰ ਕਿੱਥੇ ਜਿਹੜਾ ਮੇਰਾ ਸ਼ਕੀਰ ਤੋਂ ਓਏ ਮੇਰੀ ਗੱਲ ਸੁਣੋ ਇੱਕ ਮਿੰਟ ਰੈਡ ਰਹਿਣਾ ਹਾਜ਼ਰ ਰੈਡ ਰਹਿਣਾ
ਓਏ ਮੈਨੂੰ ਤੇ ਤੂੰ ਸੱਸੀ ਲੱਗਣੀ ਏ, ਉਹ ਸੋਹਣੀ ਲੱਗਣੀ ਏ, ਹੀਰ ਲੱਗਣੀ ਏ, ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਤੈਨੂੰ ਕੀ ਕਵਾਂ। ਇਹਨੂੰ ਭੈਣ ਕਹਿ ਦੇ। ਛੱਡ ਜਾਵਾਂ ਨੀ ਅੱਲਾ ਕਰੇ ਮੈਂ
ਮਰ ਜਾਵਾਂ। ਉਹ ਲੱਭਣੀ ਨਹੀਂ ਤੇਰੇ ਜਿਹੀ ਚੀਜ਼ ਇਹ ਜਹਾਨ ਤੇ, ਸੌ ਤੈਨੂੰ ਦੇਵਾਂ ਰੱਖ ਕੇ ਕੁਰਾਨ ਤੇ, ਕਦੀ ਵੀ ਜੇ ਤੇਰੇ ਕੋਲੋਂ ਪੱਲਾ ਮੈਂ ਛੁੜਾਵਾਂ, ਨੀ ਅੱਲਾ ਕਰ ਮੈਂ ਮਰ ਜਾਵਾਂ। ਹੋਰ ਸੁਣਾਓ ਕੀ ਖਿਦਮਤ ਕਰਾਂ? ਵੈਰੀ ਗੁੱਡ, ਮਜ਼ਾ ਆ ਗਿਆ। ਮਜ਼ਾ ਆ ਗਿਆ? ਆ ਗਿਆ ਮਜ਼ਾ। ਮੈਂ ਕੀ ਕੀਤਾ ਜੀ? ਮੈਂ ਤੂੰ ਕਿਹੋ ਜਿਹੀਆਂ ਗੱਲਾਂ ਕਰਨੇ? ਮੈਂ ਤੇਰੀ ਤਾਰੀਫ ਕਰਨ ਨਹੀਂ ਆਇਆ। ਮੈਂ ਤੇ ਗਾਣਾ ਸੁਣਾਇਆ ਜੀ। ਵੈਰੀ ਗੁੱਡ, ਮਾਇਆ ਸੁਣਾਓ ਕੋਈ। ਮਾਇਆ? ਹਾਂਜੀ। ਮੇਰਾ ਮੈਂ ਤੇ ਮਾਇਆ 24 ਘੰਟੇ ਗਾਉਂਦੇ ਜੀ, 3 ਟਾਈਮ ਮਾਇਆ ਮੇਰਾ ਨਿਕਲ ਜਾਂਦਾ। ਮੈਂ ਤੇ ਮਾਇਆ ਅੰਨੇ ਵਾਹ ਗਾਉਣਾ। 3 ਟਾਈਮ ਤੁਹਾਡਾ ਮਾਇਆ ਨਿਕਲ ਜਾਂਦਾ, ਤੁਸੀਂ ਆਪਣੇ ਪੰਚਰ ਚੈੱਕ ਕਰਾਓ। ਹਾਂ, ਪੰਚਰ ਚੈੱਕ ਕਰਾਉਣ ਗਿਆ ਸਾਂ। ਪੰਚਰ ਲਾਉਣ ਨਾਲ ਕਹਿੰਦਾ ਕਿ ਲਾਵਾਂ ਕਿੱਥੇ, ਜਗ੍ਹਾ ਨਹੀਂ ਲੱਭਣ ਦੀ। ਜਗ੍ਹਾ ਵਹਾ ਦੇ ਦੇ। ਬਾਹਰ ਬੱਦਲ ਛਾਏ ਹੋਏ ਨੇ, ਹੋ ਬਾਹਰ ਬੱਦਲ ਛਾਏ ਹੋਏ ਨੇ। ਮੰਜੀ ਅੰਦਰ ਲੈ ਚਲੀਏ। ਮੰਮੀ ਪਾਗਲ ਆ ਕੇ ਮੰਜੀ ਅੰਦਰ ਨਹੀਂ ਭੇਜ ਸਕਦੀ। ਉਹ ਬਾਰੇ ਬੱਦਲ ਛਾਏ ਹੋਏ ਨੇ, ਮੇਰੇ ਨਾਲ ਵਿਆਹ ਕਰ ਲੈ, ਅੱਜ ਜਾਂ ਜੀ ਵੀ ਆਏ ਹੋਏ। ਇਹ ਕੀ ਗੱਲ ਹੋਈ ਜਾਨੀ? ਜਵਾਬ ਦਿਓ। ਜਵਾਬ ਦੇਈਏ? ਮਾਈਏ ਦਾ ਮਤਲਬ ਹੈ ਜਵਾਬ ਦੇਣੇ ਵਾਲਾ। ਲੈ ਕੀ ਇਹ ਜਵਾਬ ਤਾਂ ਮੈਂ ਦੇਣੇ ਆਂ ਤੇ ਮੈਂ ਤਾਂ ਸਾਰਿਆਂ ਜਵਾਬ ਦੇ ਦੇਣੀ ਆ। ਆ ਜੀ, ਹੁਣ ਦੱਸਿਆ ਉਹਨਾਂ ਨੂੰ ਕਿ ਮੈਂ ਜਵਾਬ ਦੇ ਦਿੱਤਾ। ਸੁਣੋ ਜੀ, ਹੜੇ ਸੁਣਿਆ ਵੇ ਬਾਰ ਬਦਲ ਵਾ ਛਾਏ ਨੇ ਵੇ ਕੋਈ ਬਦਲ ਵਾ ਛਾਏ ਨੇ ਹੈ ਜਾਂਜੀ ਜੁੰਜੀ ਇਹ ਕੋਈ ਨਹੀਂ ਇਹ ਵੀ ਇਸ ਕੰਮ ਆਏ ਹੋਏ ਨੇ ਇਹ ਵੀ ਇਸ ਕੰਮ ਆਏ ਨੇ ਹਾਂਜੀ ਉਹ ਬਾਹਰ ਬਦਲ ਛਾਏ ਹੋਏ ਨੇ ਵਾ ਤੈਨੂੰ ਕਿਵੇਂ ਪਤਾ ਲਗਾਏ ਤੂੰ ਸਾਰੇ ਅਜ਼ਮਾਏ ਜਿਹੜੇ ਸੂਫੀ ਆਏ ਨੇ ਉਹ ਦਰਬਾਰ ਦਾ ਕਹਿ ਕੇ ਇੱਧਰ ਆਏ ਨੇ। ਅਸੀਂ ਮਾਇਆ ਹੀ ਬਦਲ ਲੈਂਦੇ ਆ। ਤੁਸੀਂ ਸਾਨੂੰ ਕੋਈ ਨਵਾਂ ਮਾਇਆ? ਐ ਸੁਣਾ ਨਵਾਂ ਮਾਇਆ। ਵਾਹ! ਉਹ ਲੰਮਾ ਗੰਨਾ ਨੀ ਕੁਮਾ ਦੇ ਦਾਨੀ ਲੰਮਾ ਵਾਹ ਉਹ ਲੰਮਾ ਗੰਨਾ ਨੀ ਉਹ ਗੰਨਾ ਲੰਮਾਈ ਨੀ ਲੰਮਾ ਗੰਨਾ ਈ ਉਹ ਭਾਈ ਉਹ ਵੀਰ ਬਹੁਤਾ ਲੰਮਾ ਤੂੰ ਅੱਧਾ ਚੂਪ ਲੈ ਲੰਮਾ ਗੰਨਾ ਨੀ ਕੁਮਾ ਦੇਦਾ ਮੈਂ ਤੈਨੂੰ ਇਹੋ ਦੱਸਣਾ ਲੰਮਾ ਗੰਨਾ ਹੀ ਕੁਮਾ ਦਿਓ ਜਵਾਬ ਇਹਦਾ ਵੀ ਜਵਾਬ ਇਹਦਾ ਵੀ ਜਵਾਬ ਦਿਓ ਮਰ ਜਾਣਾ ਤੂੰ ਘਰੋਂ ਜਵਾਬ ਲੈਣ ਤੁਰੇ ਮੈਂ ਜਵਾਬ ਦੇ ਕੇ ਆਇਆ ਜਵਾਬ ਲੈ ਕੇ ਜਾਣਾ ਠੀਕ ਹੈ ਅਸੀਂ ਜਵਾਬ ਦੇਾਂਗੇ ਦਿਓ ਹੜਾ ਸੁਣਿਆ ਇੱਥੇ ਪਿਆਰ ਦੀ ਦੱਸ ਕੋਈ ਨਾ ਵਾਹ 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 ਜਿੰਦ ਮੇਰੀ ਇਹ ਨਹੀਂ ਇੱਥੇ ਪਿਆਰ ਦੀ ਦੱਸ ਕੋਈ ਨਾ ਗੰਨਿਆਂ ਨੂੰ ਕੀ ਕਰਨਾ ਗੰਨਿਆਂ ਵਿੱਚ ਰਸ ਕੋਈ ਨਾ ਨੀ ਕੋਈ ਬੰਦੇ ਡਰੇ ਹੋਏ ਨੇ ਬੰਦ ਕਰਕੇ ਇਹੋ ਜਿਹਾ ਕੰਮ ਵੇਖੀ ਦਾ ਕੋਈ ਬੰਦੇ ਡਰੇ ਹੋਏ ਨੇ ਰਸ ਦਾ ਤੂੰ ਫਿਕਰ ਨਾ ਕਰ ਇਧਰ ਪੀਪੇ ਭਰੇ ਸੁਣਿਆ ਗਾਣਾ ਗਾਉਂਦੇ ਵਾਹ ਰੋਂਦੇ ਨੇ ਆਏ ਗਾਣਾ ਗਾਉਂਦੇ ਰੋਂਦੇ ਨੇ ਹੋਏ ਤੁਹਾਡੇ ਕੋਲ ਰਸ ਕੋ
ਉਹ ਸਰਦੀਆਂ ਨੇ ਨਾ ਕੋਈ ਸਵੈਟਰ ਬੁਣ ਲਾਂਗੇ ਜਿੱਥੋਂ ਪੀਪੇ ਚੋਂਦੇ ਨੇ ਅਸੀਂ ਉਂਗਲਾ ਤੁਨ ਲਾ ਫਿੱਟੇ ਮੁਝੇ ਗੈਰਤ ਦਾ ਪੀਪੇ ਉਂਗਲਾਂ ਤੇ ਲਾਏ ਕੋਈ ਤਾਣੀਆਂ ਤਣੀਆਂ ਨੇ ਕੋਈ ਤਾਣੀਆਂ ਕੋਈ ਬੱਦਲ ਛਾਏ ਹੋਏ ਨੇ ਇੱਧਰ ਵੀ ਧਿਆਨ ਕਰੋ ਇੱਧਰ ਲੰਗੜੇ ਵੀ ਆਏ ਹੋਏ ਨੇ ਕੋਈ ਤਾਣੀਆਂ ਤਣੀਆਂ ਨੇ ਉਂਗਲਾਂ ਕਿਉਂ ਨਾ ਦਈਏ ਜਗਾਜੂ ਬਣੀਆਂ ਨੇ ਮੱਛੀ ਪਾਣੀ ਚੋ ਫੜੀ ਦੀ ਹੋਰ ਤੰਦੂਰ ਚੋ ਫੜੀ ਦੀ ਮੱਛੀ ਦੇਖੋ ਜੀ ਮੈਂ ਆ ਗੁਲੂਕਾਰ ਮੈਂ ਆ ਸ਼ਾਇਰ ਆਦਮੀ ਹਾਂਜੀ ਇਹ ਵੀ ਸ਼ਾਇਰ ਨੇ ਅੱਛਾ ਇਹ ਵੀ ਇਹਨਾਂ ਦੀ ਵਾਲਦਾ ਵੀ ਸ਼ਾਇਰ ਹੈ ਇਹਨਾਂ ਦੇ ਵਾਲਦ ਸਾਹਿਬ ਵੀ ਸ਼ਾਇਰ ਨੇ ਅੱਛਾ ਮੇਰੀ ਵਾਲਦਾ ਸ਼ਾਇਰਾ ਸੀ ਹਾਂ ਇਹਨਾਂ ਦੀ ਵਾਲਦਾ ਸ਼ਾਇਰਾ-ਏ-ਆਮ ਸੀ ਇਹਨਾਂ ਦੇ ਵਾਲਦ ਸਾਹਿਬ ਵੀ ਸ਼ਾਇਰ ਨੇ ਇਹਨਾਂ ਦੀ ਵਾਲਦਾ ਵੀ ਸ਼ਾਇਰਾ ਇਹਨਾਂ ਦੀ ਵਾਲਦਾ ਫਰਮਾਉਂਦੀ ਹੈ ਮੈਂ ਝੂਠਾ ਮੁਰਸ਼ਦ ਫੜ ਬੈਠੀ ਮੈਂ ਝੂਠਾ ਮੁਰਸ਼ਦ ਫੜ ਬੈਠੀ ਮੈਂ ਪਰਾਈ ਅੱਗ ਵਿੱਚ ਸੜ ਬੈਠੀ ਮੇਰੀਆਂ ਚੀਕਾਂ ਪੂਰੇ ਪਿੰਡ ਨੇ ਸੁਣੀਆਂ ਮੈਂ ਹੋਰ ਕਿਸੇ ਘਰ ਵੜ ਬੈਠੀ ਇਹ ਸ਼ੇਰ ਨਹੀਂ ਇਹ ਮੈਨੂੰ ਤੁਖੋ ਵਾਕਿਆ ਯਾਦ ਕਰਾਇਆ ਇਹਦੇ ਚ ਵਾਕਿਆ ਵਾਲੀ ਕਿਹੜੀ ਗੱਲ ਹੈ ਆਓ ਜੀ ਹੈ ਠੀਕ ਹੈ ਇੱਧਰ ਮੰਨੇ ਹੋਰ ਕਿਤੇ ਰਹਿ ਇੱਧਰ ਆਈਏ ਜਨਾਬ ਵੈਰੀ ਗੁੱਡ ਥੈਂਕ ਯੂ ਮੈਨੂੰ ਲਾ ਦੇ ਤੇਰਾ ਪਿੱਛੋਂ ਪਜਾਮਾ ਪਾਟ ਮਰਲਾ ਮੂੰਹ ਵੇਖੋ ਯਾਰ ਨਾਲ ਪੈਸੇ ਵੀ ਲੈ ਲਏ ਇਹਨਾਂ ਨੇ ਤੂੰ ਪਹਿਲੇ ਆਪਣਾ ਦੱਸ ਸਾਡੇ ਨਾਲ ਉਹਦੇ ਨਾਲ ਇਸੇ ਤਰ੍ਹਾਂ ਬੜੇ ਮੈਂ ਕੰਮ ਦਿਖਾਏ ਇਹ ਬੱਚਾ ਜਿਹੜਾ ਮੈਨੂੰ ਪਤਾ ਤੂੰ ਕਦੋਂ ਆਇਆ ਹੋਈ ਆਪਣੇ ਮੂੰਹ ਚੋਂ ਵੀ ਚੱਕ ਨਿਕਲ ਗਏ ਕਹਿੰਦਾ ਭਾਜੀ ਤੁਸੀਂ ਆਪਣਾ ਫੜ ਲੋ ਮੈਂ ਆਪਣਾ ਫੜ ਲੈਂਦਾ ਚੰਗਾ ਲੱਗਾ ਜੇ ਮੇਲਾ ਨੀ ਆਇਆ ਲੈ ਕੇ ਆਇਆ ਨਾਲ ਸਦਾਰਾ ਕੌਣ ਉਹ ਯਾਰ ਇਹ ਮੈਨੂੰ ਇੱਕ ਗੱਲ ਦੱਸੋ ਇਹ ਕਿੱਥੋਂ ਲੱਗੀ ਜਾਂਦੀ ਕੋਈ ਟਰੱਕ ਸੁਟਾਇਆ ਚਿੰਗ ਜੀ ਆਈਆਂ 6-7 ਅੱਛਾ ਚਿੰਗ ਜੀ ਜੀ ਆ ਹਾਂਜੀ ਸੁਣਾਓ ਜੀ ਸੱਪ ਵੜ ਗਿਆ ਤੁਹਾਡੇ ਘਰ ਦੀ ਆਪਣੀ ਅੰਮੀ ਸਪਨੀ ਲੈ ਕੇ ਆ ਜਾ
ਬੇੜੀ ਉਹ ਮੇਰੀ ਆਪਣੀ ਆਪਣੀ ਏਗਾ ਜੋਗੀ ਹੈ ਗੱਲ ਸੁਣੋ ਇੱਧਰ ਗੱਲ ਸੁਣੋ ਏਗਾ ਜੋਗੀ ਹੈ ਮਗਰੀ ਦੀ ਬੀਂ ਜਿਹੜੀ ਨਾ ਘੜੋਏ ਫੜਨ ਵਾਲੀ ਕੀ ਹੋਇਆ ਗੰਡੋਆ ਕੀ ਕਹਿਣ ਦੇ ਮੈਨੂੰ ਇਹ ਜੋਗੀ ਸੱਪ ਨਹੀਂ ਜੇ ਫੜਦਾ ਇਹ ਬੀਂ ਨਾਲ ਚਾਹ ਠੰਡੀ ਕਰਕੇ ਪੀਂਦਾ ਵੈਸੇ ਤੁਹਾਨੂੰ ਸ਼ਰਮ ਤਾਂ ਨਹੀਂ ਆ ਰਹੀ ਕਿੰਨੇ ਸੋਹਣੇ ਕੱਪੜੇ ਪਾਏ ਬਿਲਕੁਲ ਤੁਹਾਡੇ ਮੂੰਹ ਨੂੰ ਸੂਟ ਕਰਦੇ ਨੇ ਕੱਪੜੇ ਇਹੋ ਜਿਹਾ ਤੁਹਾਡਾ ਮੂੰਹ ਹੈ ਤੁਸੀਂ ਧੋਤੀ ਬੰਨੋ ਸਲੂਕਾ ਪਾ ਤੇ ਰੁਮਾਲ ਰੱਖੋ ਠੀਕ ਹੈ ਤੇ ਤੁਹਾਡੇ ਘਰ ਕੇ ਖਲੋ ਜੀ ਅੱਲਾ ਕਰਮ ਕਰ ਦੇ ਸਾਡੇ ਘਰ ਕੇ ਖਲੋ ਕੇ ਕਹੋ ਭਾਅ ਜੀ ਅੰਦਰ ਮਾਲ ਮੇਰਾ ਦੇ ਇਹ ਕਹੋ ਘਰ ਕੇ ਖਲੋ ਕੇ ਕਹਾਂਗੇ ਭਾਅ ਜੀ ਸਾਡਾ ਘਰ ਅੰਦਰ ਕੋਈ ਨਾ ਜਾਏ ਅੱਛਾ ਵੀ ਆਪਸ ਚ ਨਾ ਬੈਸੋ ਪਹਿਲੇ ਗਾਹ ਘਟੋਰ ਲਓ ਔਰ ਗਾਹਕ ਵੇਖ ਲੈ ਗਾਹਕ ਵੇਖ ਲੈ ਪਰ ਕਿੰਨੇ ਅਰਥ ਕੋ ਡਰਿਆ ਹੋ ਯਾਰ ਡਰੇ ਆ ਤੁਹਾਨੂੰ ਪੈਸੇ ਨਾ ਕਰਜ਼ ਤੁਹਾਨੂੰ ਵੀ ਲੱਗੇ ਗਾਹਕ ਜਿਹੋ ਜਿਹਾ ਮਰਜ਼ੀ ਹੋਵੇ ਮੈਂ ਸੁਣਿਆ ਤੁਹਾਡੇ ਵਾਲ ਪਾਟੇ ਨੋਟ ਵੀ ਚੱਲ ਜਾਂਦੇ ਨੇ ਹਾਂ ਜੀ ਬਿਲਕੁਲ ਪਾਟੇ ਪਰੌਣੇ ਚੱਲਦੇ ਉਹ ਤੁਹਾਡੇ ਵਾਲਾ ਸਾਹਿਬ ਹੀ ਆ ਉਹਦੇ ਗਾਲੀ ਨਾ ਕਰ ਤੁਹਾਡੇ ਸੋਨੀਆਂ ਵੀ ਚੱਲ ਜਾਂਦੀਆਂ ਨੇ ਲੰਦੀਆਂ ਜੁੱਤੀਆਂ ਪੁਰਾਣਾ ਲੋਇਆ ਇਹ ਸਾਰਾ ਕੁਝ ਵੀ ਚੱਲ ਜਾਂਦਾ ਉਹ ਯਾਰ ਕਿਸੇ ਨੇ ਕਿੰਨੇ ਪਤੀਸੇ ਵੇਚੀ ਨੇ ਬਈ ਕਿਸੇ ਨੇ ਤੇਲੀਆਂ ਚੱਲਦੀਆਂ ਕਿਸੇ ਨੇ ਰੁਪਈਏ ਚੱਲਦੇ ਨੇ ਕਿਸੇ ਨੇ ਪਾਟੇ ਪੁਰਾਣੇ ਨੋਟ ਇਹਨਾਂ ਤਾਂ ਤਰਲਾ ਮਿੰਟ ਵੀ ਚੱਲਦਾ ਸਾਡੇ ਵਾਲੇ ਤਰਲਾ ਮਿੰਟ ਚੱਲਦਾ ਇੱਧਰ ਕਿਸੇ ਕੋਲ ਪੈਸੇ ਨਹੀਂ ਸੀ ਆਣਾ ਤਾਂ ਲੋਇਆ ਹੀ ਖੋਲੇ ਇਹਨਾਂ ਤੇ ਉਹ ਮਾਰ ਉਹ ਵਿਚਾਰਾ ਜਿਵੇਂ ਗਿਆ ਮੈਨੂੰ ਅੱਛਾ ਜੀ ਗੱਲ ਇਹ ਕਿ ਅਸੀਂ ਆ ਤੁਹਾਡੇ ਮਹਿਮਾਨ ਤੁਹਾਡੇ ਪਰੌਣੇ ਉਹ ਕਾਹਦੇ ਅਸੀਂ ਤੁਹਾਨੂੰ ਜਸ਼ਨ ਵਹਾਇਆ ਖਲੋ ਜਾਓ ਤੇ ਤੁਸੀਂ ਸਾਨੂੰ ਆਪਣਾ ਜਸ਼ਨ ਵਹਾਓ ਜੋਗੀ ਸਾਹਿਬ ਆਪਣੀ ਸੱਪਣੀ ਛੱਡੋ ਤੇ ਸਾਨੂੰ ਖੁਸ਼ ਕਰੋ ਆ ਮੇਰੀ ਗੱਲ ਸੁਣੋ ਪਰੇ ਮਾਰਾ ਜੋਗੀ ਦਾ ਸੱਪ ਹੈ ਇਹ ਤੁਸੀਂ ਵੀ ਮਹਿਮਾਨ ਹੋ ਨਾ ਇਹ ਬੜਾ ਪਾਗਲ ਜੀ ਇਹਨੇ ਰੇਡੀ ਵਾਲੇ ਕੋਲੋਂ ਫੈਂਟੀ ਖਾਦੀ ਇਹ ਕਹਿੰਦਾ ਕਿੰਨੂ ਕਿੰਨੇ ਦਾ ਉਹ ਕਹਿੰਦਾ 5 ਰੁਪਏ ਦਾ ਅੱਗੋਂ ਕਹਿੰਦਾ ਇਹ ਕੀਮੇ ਵਾਲਾ ਲੈ ਇਹਨੇ ਵੀ ਰੇਡੀ ਵਾਲੇ ਕੋਲ ਚਿੱਤਰ ਖਾਦੇ ਨੇ ਹੁਣ ਕਹਿੰਦਾ ਕੇਲੇ ਕਿਵੇਂ ਲਾਏ ਨੇ ਕਹਿੰਦਾ ਆਹਨਾ ਵੇਖ ਨਹੀਂ ਸਿੱਧੇ ਲਾਏ ਇਹਨੇ ਓਏ ਮੈਨੂੰ ਕੀ ਉਦੋਂ ਹੋਸ਼ ਨਹੀਂ ਸੀ ਮੈਂ ਬੋਲਣ ਗਈ ਕਹਿੰਦਾ ਭਾਈ ਤੂੰ ਤੇ ਮੇਰੇ ਵਾਲੀ ਲਾਏ ਨੇ ਯਾਰ ਕਿੰਨੂ ਲਾਏ ਕਿੰਨੇ ਨੇ ਵੈਸੇ ਇਹ ਬਸ ਮੇਰੇ ਕੋਲੇ ਲੱਗ ਗਏ ਕਿੰਨੂ ਇਹ ਭਾਈ ਨਾ ਤੇਰੀ ਵਾਲਦਾ ਦੇ ਸਾਨੂੰ ਓਏ ਵਾਲਦਾ ਵਿੱਚ ਦਾ ਪਾ ਹੋਰ ਵੀ ਨਸ਼ਾ ਕਰ ਲੈ ਜਾਣ ਤੋਂ ਪਹਿਲੇ ਝਾੜ ਲੈਣਾ ਪਰਸੋਂ ਹੀ ਤੁਹਾਡੇ ਨੱਕ 'ਚ ਮੱਛਰ ਵੜ ਗਏ ਸੀ ਜੋ ਨਿਕਲ ਗਏ ਇਹਦੇ ਨਾਲ ਪਰਸੋਂ ਮੈਨੂੰ ਪੂੰਡ ਲੜਿਆ ਮੇਰਾ ਬੁੱਲ ਸੁੱਜ ਗਿਆ ਅਗਲੇ ਮੈਨੂੰ ਕਹਿੰਦੇ ਹੋਇਆ ਕਿ ਮੈਂ ਕੁਛ ਨਹੀਂ ਯਾਰ ਬਸ ਗਲਤੀ ਹੋ ਗਈ ਇਹਦੇ ਵਿੱਚ ਵੀ ਵੜ ਜਾਂਦੇ ਆ ਪੂੰਡ ਜੀ ਗੱਲ ਕਿਹੜੀ ਸੀ ਵਿੱਚ ਗੱਲ ਕਿਹੜੀ ਸੀ ਗੱਲ ਇਹ ਹੋਈ ਕਿ ਇਹ ਕੁੜੀ ਆਈ ਹੈ ਜਿਹੜੀ ਇਹ ਤੇ ਸੱਪ ਤੁਹਾਡੇ ਘਰ ਜੀ ਤੁਹਾਡੇ ਘਰੋਂ ਸੱਪ ਨਿਕਲ ਜਾਏਗਾ ਲੇਕਿਨ ਸਾਡੀ ਵੀ ਇੱਕ ਸ਼ਰਤ ਆ ਸੱਪ ਨਿਕਲ ਜਾਏਗਾ ਜੋਗੀ ਨਹੀਂ ਨਿਕਲੇਗਾ ਹਾਂ ਜੋਗੀ ਤੇ ਕਿਸਮਤ ਨਾਲ ਹੀ ਨਿਕਲੇਗਾ ਨਾ ਜੋਗੀ ਅੱਛਾ ਹਰਾਰੀਏ ਦੀ ਗੱਲ ਹੈ ਇਹਨਾਂ 'ਚ ਵੀ ਸੱਪ ਨਿਕਲ ਜਾਏਗਾ ਹਾਂ ਜੀ ਅੱਛਾ ਇੱਧਰ ਹੋ ਪੁੱਠੀਆਂ ਗੱਲਾਂ ਇਹਨਾਂ ਮਰਾਸੀਆਂ ਦੇ ਲੜਦੇ ਰਹਿਣਾ ਅਸੀਂ ਤਾਂ ਅੰਦਰੋਂ ਹੋ ਆਈਏ ਫਿਰ ਅੰਦਰ ਕਿਉਂ ਨਹੀਂ ਕਿਹਦੇ ਕੋਲ ਪੈਸੇ ਫੜੇ ਆ ਇੱਧਰ ਆ ਹੈ ਕੀ ਓਏ ਹੁਣ ਲੈ ਕੇ ਆਇਆ ਕੁਝ ਵੱਟ ਕੇ ਓਏ ਗੱਲ ਸੁਣ ਓਏ ਮਤਰਾਏ ਵਾਲ ਵਾਲਿਆ ਓ ਚੁੱਪ ਕਰ ਪਰਾਇ ਨਾਕਾ ਲਿਆ ਪਰਾਇ ਨਾ ਚਵਲਾ ਜੇ ਟਾਈਮ ਨੱਕੀ ਤੇਰਾ ਜਿਹੜਾ ਫੀਨਾ ਜਿਹਾ ਤੂੰ ਨੱਕ ਕਟਵਾਇਆ ਗਿਆ ਬਰਾਦਰੀ ਚ ਟਾਈਮ ਨਹੀਂ ਦਿੰਦਾ ਅਗਲੇ ਨੂੰ ਤੇਰੇ ਨੱਕਾਂ ਤੇ ਗਾਣੇ ਬਣ ਗਏ ਬੋਲੀ ਜਾਂਦਾ ਚਵਲ ਜਿਹਾ ਤੇਰੇ ਨੱਕ ਤੇ ਗਾਣੇ ਬਣ ਗਏ ਆ ਗਾਣੇ ਛੱਡ ਪਹਿਲਾਂ ਸਾਡੇ ਕੋਲ ਨੱਕ ਗਨੇਰੀਆਂ ਦੋ ਤੇਰੀਆਂ ਦੋ ਮੇਰੀਆਂ ਉਮਰਾਂ ਨੰਗੀਆਂ ਨੱਕਾਂ ਭਾਰ ਨੱਕ ਦੇ ਮਿਰਜ਼ੇ ਖਾਨ ਨੂੰ ਜੱਟ ਬੰਜਲ ਦਿੰਦਾ ਨੱਕ ਨੱਕੀਆਂ ਕੇ ਜਰੋਕੋ ਸੇ ਬੇਵਕੂ ਵੇਦ ਸੀ ਗਰਮੀ ਖਾਈ ਫਿਰਦਾ ਸੋਚਦਾ ਨਹੀਂ ਵੀ ਕੀ ਕਰਨਾ ਨਾਕ ਨਾ ਜਾਣੇ ਅੰਜ ਤੇਰਾ ਏਡਾ ਤੂੰ ਕਾਕੀ ਜਿਹੜਾ ਕੁਝ ਹੋ ਜਿਹੜਾ ਮਨੋਰੰਜਨ ਉਹਨੂੰ ਗੱਲ ਨਹੀਂ ਕਰਨ ਦੇ ਆਉਂਦੇ ਆ ਮਾਸੀ ਧੀ ਨੂੰ ਕੰਮ ਦੇ ਗੱਲ ਨਹੀਂ ਕਰਦੀ ਸੋ ਲਿਆ ਕਰ ਮਰੇ ਚਵਲਾ ਵਿੱਚ ਹੀ ਬੋਲ ਪੈਣਾ ਅੱਛਾ ਚਲੋ ਸੁਣਾ ਮਾਸੀ ਧੀ ਨੂੰ ਕੰਮ ਤੇ ਖਿਲਾਰ ਦੇਣਾ ਕੋ ਬਿਮਾਰ ਹੀ ਨੇ ਆ ਜੀ ਇਹ ਜੀ ਉਹ ਜੀ ਕਮਜ਼ੋਰ ਆ ਮੇਰੀਆਂ ਆਪਣੀਆਂ ਬੇਇਤਿਆਤੀਆਂ ਆ ਵੀ ਨਹੀਂ ਟਾਈਮ ਨਾਲ ਰੋਟੀ ਖਾਣੀ ਨਹੀਂ ਸਹੀ ਸਾਲਾ ਮਰਨ ਵਾਲੇ ਹੀ ਹੋਣਾ ਓਏ ਇਧਰ ਤੁਮ ਸਾਹ ਮਾਰ ਖਿੱਚ ਪੈਣਾ ਰੈਡੀ ਬਣ ਕੋ ਰੈਡੀ ਜੀ ਚਲੋ ਗਾਣਾ ਵਿਦਾ ਕਰੋ ਅੱਛਾ ਨਹੀਂ ਕਰ ਸਕਦਾ ਬਕਵਾਸ ਕਰਨ ਲਿਆ ਲੱਗਣੀ ਏ ਤੇ ਕਿਉਂ ਜੰਮੀ ਸੀ ਮੈਨੂੰ ਦੱਸ ਤੂੰ ਟੋਪੀ ਪਾ ਲਈ ਪੰਜ ਵਕਤ ਦਾ ਕੰਜਰ ਹੋ ਗਿਆ ਅਰੇ ਵੇਖੋ ਇਹ ਬੈ ਕੇ ਮੁਜਰੇ ਸੁਜਰੇ ਕਰਵਾਉਣ ਲੱਗ ਪਿਆ ਟੋਪੀ ਪਾਈ ਰੱਖ ਨਾ ਅੱਛਾ ਇਹਦੇ ਵਰਗੇ ਮਸਕਾ ਚ ਕਾਵਾ ਵੇਚਦੇ ਨਹੀਂ ਵੇਚਦੇ ਜੀ ਹਾਂ ਜੀ ਕਵਾ ਕਰੋ ਇਸ ਕੰਮ ਕੀ ਪਿਆ ਉਹ ਬਲਾ ਕਾਕਾ ਮੇਰਾ ਇੱਕ ਸ਼ਗਿਰਦ ਆਇਆ ਇੱਕ ਨਵੇਂ ਕੰਮ ਨਵਾਂ ਕੰਮ ਆਇਆ ਆ ਜੀ ਦੋਵਾਂ ਲੱਤਾਂ ਤੇ ਜੋਗੀ ਸਾਹਿਬ ਨੇ ਪਲਾਸਟਿਕ ਚੜਾ ਦਿੱਤਾ ਇਹ ਜੋਗੀ ਹਾਂਜੀ ਹੋਰ ਕੀ ਮੈਂ ਰੋਗੀ ਹਾਂ ਜੀ ਤੈਨੂੰ ਸ਼ਰਮ ਨਹੀਂ ਆਉਂਦੀ ਜੋਗੀ ਬਣਿਆ ਫਿਰਦਾ ਮੈਂ ਹੋਰ ਕੀ ਮੈਂ ਤੁਹਾਡਾ ਪਿਓ ਬਣ ਜਾਣਾ ਹੁਕਮ ਕਰੋ ਸਾਈਕਲ ਤੇ ਕੱਪੜਾ ਤੂੰ ਦੇਗਾ ਹਾਂਜੀ ਮੈਂ ਹੀ ਆ ਮਿਲੇਸ਼
ਮਲੇਸ਼ੀਆ ਵੀ ਮੈਂ ਹੀ ਵੇਚਿਆ। ਸਾਉਣ ਦੀ ਚੜੀ ਅਲੱਗ ਸਾਉਣ ਦੀ ਚੜੀ ਸਾਉਣ ਦੀ ਚੜੀ ਅਲੱਗ ਸਾਉਣ ਦੀ ਚੜੀ ਸਾਵੀ ਕਾਲਾ ਕੋਟ ਤੂੰ ਵੀ ਛੱਤ ਤੇ ਚੜੀ ਹੈ ਸਾਉਣ ਦੀ ਚੜੀ ਅਲੱਗ ਸਾਉਣ ਦੀ ਚੜੀ।
ਗੱਲ ਦਾ ਦੱਸਦੀ ਏ ਜਵਾਬ ਇਹਨਾਂ ਘਰ ਲੈ ਗਿਆ ਮੈਂ ਆਪਣੀ ਬਰਾਤ ਅੱਗੋਂ ਜਾ ਕੇ ਪਤਾ ਲੱਗਾ ਬੱਚੀਏ ਖਰਾਬ ਇਹਨਾਂ ਘਰ ਲੈ ਗਿਆ ਮੈਂ ਆਪਣੀ ਬਰਾਤ ਅੱਗੋਂ ਜਾ ਕੇ ਪਤਾ ਲੱਗਾ ਬੱਚੀਏ ਖਰਾਬ ਹਰ ਵਾਰ ਇਹ ਜੰਜ ਬੁਲਾ ਕੇ ਤੇ ਲੋਕਾਂ ਨੂੰ ਜ਼ਲੀਲ ਕਰਦਾ ਚੜੀ ਦੇ ਵਿੱਚ ਤੇਰੇ ਨਾਲ ਸਾਰੀ ਕੁਆਲੀ ਮੇਰੇ ਤੇ ਲਿਖੀ ਹੈ ਲੰਦਨ ਤੋਂ ਆਇਆ ਤੇ ਬੜਾ ਮਿਹਰਬਾਨ